ਫਗਵਾੜਾ ਨਜ਼ਦੀਕ ਪਿੰਡ ਨਰੂੜ ਵਿਖੇ ਖੇਤਾਂ ਵਿੱਚ ਰਹਿੰਦੇ ਗੁੱਜਰਾਂ ਦੇ ਡੇਰੇ ਤੇ ਪਰਾਲੀ ਦੇ ਕੰਨੂ ਨੂੰ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਅੱਗ ਨਾਲ ਜਿੱਥੇ ਪੀੜਤਾਂ ਦਾ ਲਗਭਗ 50,000 ਰੁਪਏ ਦਾ ਨੁਕਸਾਨ ਹੋ ਗਿਆ, ਉੱਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ 14 ਖੇਤਾਂ ਦੀ ਪਰਾਲੀ ਮੁੱਲ ਖਰੀਦੀ ਗਈ ਸੀ, ਜੋ ਕਿ ਇਸ ਅੱਗ ਦੀ ਲਪੇਟ ਵਿੱਚ ਆ ਕੇ ਸਵਾਦ ਦੀ ਢੇਰੀ ਵਿੱਚ ਤਬਦੀਲ ਹੋ ਗਈ। ਉਹਨਾਂ ਦੱਸਿਆ ਕਿ ਰਾਤ ਕਰੀਬ 10 ਵਜੇ ਉਹ ਖਾਣਾ ਖਾ ਕੇ ਸੋ ਗਏ ਸਨ ਅਤੇ ਤੜਕਸਾਰ 3 ਵਜੇ ਦੇ ਕਰੀਬ ਪਰਾਲੀ ਦੇ ਕੰਨੂ ਨੂੰ ਅੱਗ ਲੱਗ ਗਈ, ਜਿਸ ਨੂੰ ਉਹਨਾਂ ਵੱਲੋਂ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉਹਨਾਂ ਦੱਸਿਆ ਕਿ ਇਸ ਅੱਗ ਨਾਲ ਉਹਨਾਂ ਦਾ ਕਰੀਬ 50,000 ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਹਾਂਜੀ, ਕੀ ਨਾਂ ਅਤੇ ਕਿਹੜਾ ਪਿੰਡ ਹੈ ਜੀ? ਮੇਰਾ ਨਾਂ ਦੁੱਲਾ ਜੀ, ਪਿੰਡ ਰੂਪ ਦਾ ਰਹਿਣ ਵਾਲਾ ਜੀ। ਟੱਪਰੀ 'ਚ ਰਹਿੰਦੇ ਹਾਂ ਜੀ। ਹਾਂਜੀ, ਰਾਤੀ 10:30 ਵਜੇ ਰੋਟੀ ਪਾਣੀ ਖਾ ਕੇ ਸੌਂ ਗਿਆ ਸੀ ਜੀ, ਅਤੇ ਕੋਈ ਗੱਲਬਾਤ ਨਹੀਂ ਦੇਖੀ। ਜਦੋਂ ਸਵੇਰੇ 2:30-3 ਕੁ ਵਜੇ ਦੇ ਵਿੱਚ ਵਿੱਚ ਨਾ ਅਸੀਂ ਉੱਠ ਕੇ ਦੇਖਿਆ ਤਾਂ 4 ਅੱਗ ਮੱਚੀ ਸੀ ਜੀ। ਬਥੇਰੀ ਕੋਸ਼ਿਸ਼ ਕੀਤੀ ਬੁਝਾਉਣ ਦੀ, ਬੁਝੀ ਨਹੀਂ। ਉਹ ਟਰੈਕਟਰ ਟੂਕਟਰ ਵਾਲੇ ਵੀ ਆਏ, ਸਾਰਿਆਂ ਨੇ ਮਦਦ ਕੀਤੀ, ਹੋਈ ਨਹੀਂ ਜੀ। ਇਹ ਕਿੰਨੇ ਖੇਤਾਂ ਦੀ ਪਰਾਲੀ ਸੀਗੀ ਜੀ? 14 ਕਿੱਲੇ ਦੀ ਪਰਾਲੀ। 14 ਖੇਤਾਂ ਦੀ ਮੁੱਲ ਦੀ ਪਰਾਲੀ ਸੀਗੀ? ਮੁੱਲ ਦੀ ਸਰ। ਤਾਂ ਕੋਈ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਜੀ? ਕਿੱਦਾਂ ਲੱਗੀ ਹੈ? ਹਜੇ ਤੱਕ ਕੋਈ ਗੱਲ ਨਹੀਂ, ਪਤਾ ਹੀ ਨਹੀਂ ਲੱਗਾ ਕਿਸੇ ਗੱਲ ਦਾ ਵੀ ਕਿੱਦਾਂ ਲੱਗ ਗਈ, ਕਿੱਦਾਂ ਕੀ। ਕੋਈ ਸ਼ੱਕ ਕਿਸੇ ਨੂੰ? ਹਾਲੇ ਤੱਕ ਸ਼ੱਕ ਸੁਭਾ ਵੀ ਹੈ ਨਹੀਂ ਕਿਸੇ ਤੋਂ। ਅਤੇ ਕੀ ਮੰਗ ਕਰਦੇ ਹੋ ਤੁਸੀਂ? ਜਿੱਦਾਂ ਹੁਣ ਤੁਸੀਂ ਕਹਿੰਦੇ ਸਾਡੀ ਇਹ ਵੀ, ਸਾਡੇ ਕੋਲ ਇਸ ਵੇਲੇ ਪਾਉਣ ਨੂੰ ਕੁਛ ਨਹੀਂ ਹੈਗਾ, ਪਸ਼ੂਆਂ ਨੂੰ ਸਾਡੀ ਕਿਸੇ ਪਾਸੇ ਕੋਈ ਮਦਦ ਹੋਵੇ ਤਾਂ ਕਰ ਸਕਦੇ, ਤਾਂ ਬੜੀ ਮਿਹਰਬਾਨੀ ਹੈ ਕਿਸੇ ਦੀ ਜੇ ਕਰ ਸਕਦਾ ਕੋਈ। ਅਤੇ ਇਸ ਵੇਲੇ ਸਾਡਾ 50,000 ਤੋਂ ਉੱਪਰ ਉੱਪਰ ਇਹ ਨੁਕਸਾਨ ਹੋ ਗਿਆ ਜੀ। ਹਾਂਜੀ, ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਕੋਸ਼ਿਸ਼ ਕੀਤੀ, ਟਰੈਕਟਰ ਵਾਲੇ ਵੀ ਆਏ, ਕੋਈ ਪਾਣੀ ਲੈ ਕੇ ਵੀ ਆਇਆ, ਉਹ ਅੱਗ 'ਚ ਬੰਦੇ ਨਹੀਂ ਹੋਏ, ਸੁੱਕਾ ਮੁਲਕ ਸੀਗਾ, ਸਾਰੇ ਪਾਸੇ ਘੁੰਮ ਗਈ ਫਟਾਫਟ। ਅਤੇ ਹੁਣ ਵੀ 10:11 ਦੇ ਕਰੀਬ ਟਾਈਮ ਹੋ ਗਿਆ, ਇਹਦਾ ਹਜੇ ਵੀ ਮੱਲੋ ਮੱਚੀ ਹੋਈ ਹੈ। ਹਾਂਜੀ ਹਾਂਜੀ, ਹਜੇ ਤੱਕ ਪੂਰੀ ਪੂਰੀ ਅੱਗ ਮੱਚੀ ਹੈ। ਫਗਵਾੜਾ ਨਜ਼ਦੀਕ ਪਿੰਡ ਨਰੂੜ ਵਿਖੇ ਖੇਤਾਂ ਵਿੱਚ ਰਹਿੰਦੇ ਗੁੱਜਰਾਂ ਦੇ ਡੇਰੇ ਤੇ ਪਰਾਲੀ ਦੇ ਕੰਨੂ ਨੂੰ ਭੇਤ ਭਰੇ ਹਾਲਾਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਅੱਗ ਨਾਲ ਜਿੱਥੇ ਪੀੜਤਾਂ ਦਾ ਲਗਭਗ 50,000 ਰੁਪਏ ਦਾ ਨੁਕਸਾਨ ਹੋ ਗਿਆ, ਉੱਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ 14 ਖੇਤਾਂ ਦੀ ਪਰਾਲੀ ਮੁੱਲ ਖਰੀਦੀ ਗਈ ਸੀ, ਜੋ ਕਿ ਇਸ ਅੱਗ ਦੀ ਲਪੇਟ ਵਿੱਚ ਆ ਕੇ ਸਵਾਦ ਦੀ ਢੇਰੀ ਵਿੱਚ ਤਬਦੀਲ ਹੋ ਗਈ। ਉਹਨਾਂ ਦੱਸਿਆ ਕਿ ਰਾਤ ਕਰੀਬ 10 ਵਜੇ ਉਹ ਖਾਣਾ ਖਾ ਕੇ ਸੋ ਗਏ ਸਨ ਅਤੇ ਤੜਕਸਾਰ 3 ਵਜੇ ਦੇ ਕਰੀਬ ਪਰਾਲੀ ਦੇ ਕੰਨੂ ਨੂੰ ਅੱਗ ਲੱਗ ਗਈ, ਜਿਸ ਨੂੰ ਉਹਨਾਂ ਵੱਲੋਂ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉਹਨਾਂ ਦੱਸਿਆ ਕਿ ਇਸ ਅੱਗ ਨਾਲ ਉਹਨਾਂ ਦਾ ਕਰੀਬ 50,000 ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਹਾਂਜੀ, ਕੀ ਨਾਂ ਅਤੇ ਕਿਹੜਾ ਪਿੰਡ ਹੈ ਜੀ? ਮੇਰਾ ਨਾਂ ਦੁੱਲਾ ਜੀ, ਪਿੰਡ ਰੂਪ ਦਾ ਰਹਿਣ ਵਾਲਾ ਜੀ। ਟੱਪਰੀ 'ਚ ਰਹਿੰਦੇ ਹਾਂ ਜੀ। ਹਾਂਜੀ, ਰਾਤੀ 10:30 ਰੋਟੀ ਪਾਣੀ ਖਾ ਕੇ ਸੌਂ ਗਿਆ ਸੀ ਜੀ, ਅਤੇ ਕੋਈ ਗੱਲਬਾਤ ਨਹੀਂ ਦੇਖੀ। ਜਦੋਂ ਸਵੇਰੇ 2:30-3 ਕੁ ਵਜੇ ਦੇ ਵਿੱਚ ਵਿੱਚ ਨਾ ਅਸੀਂ ਉੱਠ ਕੇ ਦੇਖਿਆ ਤਾਂ 4 ਅੱਗ ਮੱਚੀ ਸੀ ਜੀ। ਬਥੇਰੀ ਕੋਸ਼ਿਸ਼ ਕੀਤੀ ਬੁਝਾਉਣ ਦੀ, ਬੁਝੀ ਨਹੀਂ। ਉਹ ਟਰੈਕਟਰ ਟੂਕਟਰ ਵਾਲੇ ਵੀ ਆਏ, ਸਾਰਿਆਂ ਨੇ ਮਦਦ ਕੀਤੀ, ਹੋਈ ਨਹੀਂ ਜੀ। ਇਹ ਕਿੰਨੇ ਖੇਤਾਂ ਦੀ ਪਰਾਲੀ ਸੀਗੀ ਜੀ? 14 ਕਿੱਲੇ ਦੀ ਪਰਾਲੀ। 14 ਖੇਤਾਂ ਦੀ ਮੁੱਲ ਦੀ ਪਰਾਲੀ ਸੀਗੀ? ਮੁੱਲ ਦੀ ਸਰ। ਤਾਂ ਕੋਈ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਜੀ? ਕਿੱਦਾਂ ਲੱਗੀ ਹੈ? ਹਜੇ ਤੱਕ ਕੋਈ ਗੱਲ ਨਹੀਂ, ਪਤਾ ਹੀ ਨਹੀਂ ਲੱਗਾ ਕਿਸੇ ਗੱਲ ਦਾ ਵੀ ਕਿੱਦਾਂ ਲੱਗ ਗਈ, ਕਿੱਦਾਂ ਕੀ। ਕੋਈ ਸ਼ੱਕ ਕਿਸੇ ਨੂੰ? ਹਾਲੇ ਤੱਕ ਸ਼ੱਕ ਸੁਭਾ ਵੀ ਹੈ ਨਹੀਂ ਕਿਸੇ ਤੋਂ। ਅਤੇ ਕੀ ਮੰਗ ਕਰਦੇ ਹੋ ਤੁਸੀਂ? ਜਿੱਦਾਂ ਹੁਣ ਤੁਸੀਂ ਕਹਿੰਦੇ ਸਾਡੀ ਇਹ ਵੀ, ਸਾਡੇ ਕੋਲ ਇਸ ਵੇਲੇ ਪਾਉਣ ਨੂੰ ਕੁਛ ਨਹੀਂ ਹੈਗਾ, ਪਸ਼ੂਆਂ ਨੂੰ ਸਾਡੀ ਕਿਸੇ ਪਾਸੇ ਕੋਈ ਮਦਦ ਹੋਵੇ ਤਾਂ ਕਰ ਸਕਦੇ, ਤਾਂ ਬੜੀ ਮਿਹਰਬਾਨੀ ਹੈ ਕਿਸੇ ਦੀ ਜੇ ਕਰ ਸਕਦਾ ਕੋਈ। ਅਤੇ ਇਸ ਵੇਲੇ ਸਾਡਾ 50,000 ਤੋਂ ਉੱਪਰ ਉੱਪਰ ਇਹ ਨੁਕਸਾਨ ਹੋ ਗਿਆ ਜੀ। ਹਾਂਜੀ, ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਕੋਸ਼ਿਸ਼ ਕੀਤੀ, ਟਰੈਕਟਰ ਵਾਲੇ ਵੀ ਆਏ, ਕੋਈ ਪਾਣੀ ਲੈ ਕੇ ਵੀ ਆਇਆ, ਉਹ ਅੱਗ 'ਤੇ ਬੰਦੇ ਨਹੀਂ ਹੋਏ, ਸੁੱਕਾ ਮੁਲਕ ਸੀਗਾ, ਸਾਰੇ ਪਾਸੇ ਘੁੰਮ ਗਈ ਫਟਾਫਟ। ਅਤੇ ਹੁਣ ਵੀ 10:11 ਦੇ ਕਰੀਬ ਟਾਈਮ ਹੋ ਗਿਆ, ਇਹਦਾ ਹਜੇ ਵੀ ਮੱਲੋ ਮੱਚੀ ਹੋਈ ਹੈ। ਹਾਂਜੀ ਹਾਂਜੀ, ਹਜੇ ਤੱਕ ਪੂਰੀ ਪੂਰੀ ਅੱਗ ਮੱਚੀ ਹੈ।